ਪੰਜਾਬ ਦੇ DGP ਸੁਰੇਸ਼ ਅਰੋੜਾ ਨੇ ਸ਼ੁੱਕਰਵਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਭਰ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਇੱਕ ਲੰਬੀ ਮੀਟਿੰਗ ਕੀਤੀ। ਇਹ ਮੀਟਿੰਗ ਕਿੰਨੀ ਮਹੱਤਵਪੂਰਨ ਸੀ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਕਰੀਬਨ 5 ਘੰਟੇ ਬਗੈਰ ਕਿਸੇ ਬ੍ਰੇਕ ਤੋਂ ਇਹ ਮੀਟਿੰਗ ਚੱਲੀ, ਜਿਸ ਵਿੱਚ ਸੂਬੇ ਦੀ ਕਾਨੂੰਨ ਵਿਵਸਥਾ ਨਾਲ ਗੈਂਗਸਟਰਾਂ ਅਤੇ ਨਸ਼ੇ ਵਰਗੀਆਂ ਅਹਿਮ ਮੁੱਦਿਆਂ ਵਿੱਚ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ DGP ਪੰਜਾਬ ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਜਲਦ ਹੀ ਪਕੋਕਾ ਕਾਨੂੰਨ ਲਾਗੂ ਕੀਤਾ ਜਾਵੇਗਾ, ਜਿਸ ਦੇ ਤਹਿਤ ਗੈਂਗਸਟਰਾਂ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਹੋਰ ਸਕੰਜਾ ਵੀ ਕੱਸਿਆ ਜਾ ਸਕੇਗਾ। ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਦੇ ਤਹਿਤ SSP ਜਾਂ ਉਸ ਤੋਂ ਵੱਡੇ ਪੱਧਰ ਦੇ ਅਧਿਕਾਰੀ ਦੀ ਹਾਜ਼ਰੀ ਵਿੱਚ ਜੋ ਬਿਆਨ ਗੈਂਗਸਟਰਾਂ ਵੱਲੋਂ ਦਿੱਤੇ ਜਾਣਗੇ ਉਹ ਅਦਾਲਤ ਵਿੱਚ ਬਦਲੇ ਨਹੀਂ ਜਾ ਸਕਣਗੇ। ਮੰਨ ਲਓ ਇੱਕ ਕੋਈ ਇਹ ਡੀਲਰ ਹੈ, ਇਹ ਇਹਨੇ 5 ਕਿਲੋ ਵੇਚੀ ਹੈ ਜੀ, ਉਹ ਤਾਂ ਗ੍ਰਾਮਾਂ 'ਚ ਹੀ ਵੇਚੂਗਾ, ਤਾਂ ਜਿਹੜੇ ਗ੍ਰਾਮਾਂ ਵਾਲੇ ਉਹ ਜ਼ਿਆਦਾ ਫੜੇ ਜਾਣਗੇ। ਉਹਨੇ 5 ਕਿਲੋ ਵਾਲਾ ਕੌਣ ਹੈ, ਉੱਥੇ ਤੱਕ ਪਹੁੰਚਣਾ ਹੁੰਦਾ। ਇਹਨਾਂ ਨੂੰ ਆਪਾਂ ਬਿਗ ਫਿਸ਼ ਕਹਿੰਦੇ ਨੇ। ਮੈਂ ਇਹੀ ਗੱਲ ਕੀਤੀ ਜਿਹੜੇ STF ਬਣੇ ਗਈ ਸਰ ਬਣੀ ਹੈ ਜੀ, ਉਹਦੇ 'ਚ ਸਾਨੂੰ ਇਹ ਐਡਵਾਂਟੇਜ ਹੋਊਗਾ ਕਿ ਕਈ ਵਾਰ ਕੀ ਹੁੰਦਾ ਪੁਲਿਸ ਨੇ ਬੰਦਾ ਫੜਿਆ, ਉਸ ਤੋਂ ਬਾਅਦ ਉਹਦੇ ਤਾਰ ਵੱਲੋਂ ਦਿੱਲੀ ਤੱਕ ਹੈ, ਅੱਛਾ ਉਹ ਫਿਰ ਦੂਜੇ ਕੰਮਾਂ 'ਚ ਪੈ ਗਏ। ਫਿਲੌਰ ਤੋਂ ਰਾਜਕੁਮਾਰ ਨੰਗਲ, ਜੀਵੇ ਪੰਜਾਬ ਦੇ ਲਈ।